ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸੰਗਤ ਅੱਗੇ ਅਪੀਲ ਕਰਦਾ, ਮਾਲਵੇ ਦੀ ਖਾਸ ਕਰ ਸਾਰੇ ਸੰਗਤ ਅੱਗੇ ਅਪੀਲ ਕਰਦਾ ਕਿ 3 ਤਰੀਕ ਨੂੰ ਕਿਸਾਨ ਜਥੇਬੰਦੀਆਂ ਨੇ ਅਗਲੀ ਮੁਹਿੰਮ ਉਲੀਕੀ ਹੈ, ਜਿਹਦੇ ਚ ਲੱਖਾ ਸਿੰਘ ਸਦਾਣਾ ਸਮੂਹ ਕਿਸਾਨ ਜਥੇਬੰਦੀਆਂ ਮਾਲਵੇ ਦੀਆਂ ਤੇ ਹੋਰ ਨੌਜਵਾਨ ਆਗੂ ਜਿਹੜੇ ਸਾਡੇ ਮਾਲਵੇ ਦੇ ਹੈਗੇ ਹੈ, ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ 3 ਤਰੀਕ ਦਾ ਇਕੱਠ ਰੱਖਿਆ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਬਾਹਰ ਸੰਗਰੂਰ ਵਿਖੇ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਚੜ੍ਹ ਕੇ ਜਿੰਨੀ ਵੀ ਸੰਗਤ ਨੇ ਅੱਜ ਧੂਰੀ ਪਹੁੰਚਣਾ ਸੀਗਾ, ਸਾਰੀ ਸੰਗਤ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਪਹੁੰਚੇ। ਆਹ ਭਗਵੰਤ ਮਾਨ ਬੁੱਚੜ ਪੰਜਾਬ ਦਾ, ਇਹਨੂੰ ਮੈਂ ਇਹ ਦੱਸਣਾ ਚਾਹੁੰਦਾ, ਤੈਨੂੰ ਲੋਕਾਂ ਨੇ ਵੋਟ ਪਾਈ ਹੈ, ਤੈਨੂੰ ਵੋਟ ਇਸ ਕਰਕੇ ਨਹੀਂ ਪਾਈ ਕਿ ਤੇਰਾ ਦਿਮਾਗ ਕਮਲਾ ਹੋ ਜਾਵੇ, ਤੈਨੂੰ ਵੋਟ ਇਸ ਕਰਕੇ ਪਾਈ ਹੈ ਕਿ ਤੂੰ ਫੈਸਲੇ ਲੋਕ ਹਿੱਤ ਵਿੱਚ ਲੈਣ। ਲੋਕ ਹਿੱਤ ਵਿੱਚ ਅੱਜ ਲੋਕਾਂ ਨੂੰ ਚਾਹੀਦਾ ਕਿ ਭਾਨਾ ਸਿੱਧੂ ਦੀ ਰਿਹਾਈ ਹੋਵੇ। ਆਹ 11 ਮੈਂਬਰੀ ਕਮੇਟੀਆਂ ਦਾ ਡਰਾਮਾ ਕਰਨਾ ਬੰਦ ਕਰ। ਜਿਹੜੇ ਇੰਟੈਲੀਜੈਂਸ ਦੇ ਅਫਸਰਾਂ ਨੇ ਤੈਨੂੰ ਇਹ ਕਿਹਾ ਸੀਗਾ ਕਿ 1500 ਬੰਦਾ ਕੋਰਟ ਤੋਂ ਇਕੱਤਰ ਹੋਊਗਾ, ਉਹਨਾਂ ਇੰਟੈਲੀਜੈਂਸ ਅਫਸਰਾਂ ਨੂੰ ਖਿੱਚ, ਉਹਨਾਂ ਨੂੰ ਪੁੱਛ ਕਿ ਕਿਉਂ ਤੁਸੀਂ ਲੋਕਾਂ ਦੀ ਤਾਕਤ ਨੂੰ ਥੱਲੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ। ਭਗਵੰਤ ਮਾਨ, ਜਿੰਨੀ ਇੱਥੇ ਫੌਜ ਖੜੀ ਹੈ, ਜਿੰਨੇ ਪੁਲਿਸ ਮੁਲਾਜ਼ਮ ਖੜੇ ਹੈ, ਇਹ ਵਿਚਾਰੇ ਸਵੇਰ ਦੇ ਪਾਣੀ 'ਚ ਭਿੱਜ ਰਹੇ ਹੈ, ਮੀਂਹ 'ਚ, ਅਤੇ ਕਿਸ ਕਰਕੇ ਭਿੱਜ ਰਹੇ ਹੈ? ਇਹ ਉਹੀ ਬੰਦੇ ਹੈ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਤੇਰੀ ਪਤਨੀ ਦੀ ਰਖਵਾਲੀ ਕਰਦੇ ਹੈ। ਤੇਰੀ ਪਤਨੀ ਕੋਲੇ ਕੋਈ ਸਰਕਾਰੀ ਅਹੁਦਾ ਨਹੀਂ ਹੈਗਾ, ਫਿਰ ਵੀ ਉਹਦੇ ਆਲੇ ਦੁਆਲੇ ਘੁੰਮੀ ਫਿਰਦੇ ਹੈ। ਅੱਜ ਤੂੰ ਸਾਰੀ ਪੰਜਾਬ ਦੀ ਪ੍ਰਸ਼ਾਸਨ ਨੂੰ ਜਲੀਲ ਕੀਤਾ, ਤੂੰ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਪੈਦਾ ਕੀਤੀ ਹੈ। ਇਸ ਕਰਕੇ ਪੈਦਾ ਕੀਤੀ ਹੈ ਕਿਉਂਕਿ ਤੂੰ ਸੜਿਆ ਹੋਇਆ ਦਿਲ ਦਾ ਬੁੱਝ ਦਿਲ ਇਨਸਾਨ ਹੈ, ਤੇਰੇ 'ਚ ਕੋਈ ਇਨਸਾਨੀਅਤ ਨਹੀਂ ਹੈਗੀ, ਤੇਰੇ 'ਚ ਕੋਈ ਦਿਲ ਨਹੀਂ ਹੈਗਾ। ਤੂੰ ਨੌਜਵਾਨ ਬੱਚਿਆਂ 'ਤੇ ਜਿਹੜੀ ਆਪਦੀ ਜ਼ਿੰਦਗੀ ਬਣਾ ਰਹੇ ਹੈ, ਜਿਹੜੇ ਯੂਟਿਊਬ ਰਾਹੀਂ ਸਮਾਜ ਦੀਆਂ ਬੁਰਾਈਆਂ ਖਿਲਾਫ ਨੁੱਕਰ ਨਾਟਕ ਕਰਦੇ ਹੈ, ਉਹੋ ਜਿਹੇ ਨੌਜਵਾਨਾਂ ਨੂੰ ਤੂੰ ਰਗੜ ਰਗੜ ਕੇ ਜੇਲ੍ਹਾਂ 'ਚ ਸੁੱਟ ਰਿਹਾ। ਜਿਹੜੇ ਨੌਜਵਾਨ ਮੁੰਡੇ ਨਸ਼ੇ ਦੇ ਖਿਲਾਫ ਅੰਮ੍ਰਿਤ ਸੰਚਾਰ ਕਰਾਉਣ ਨੂੰ ਲੱਗੇ ਸੀਗੇ, ਅੰਮ੍ਰਿਤਪਾਲ ਸਿੰਘ ਹੋਰੀ, ਉਹਨਾਂ ਨੂੰ ਤੂੰ ਬੁੱਚੜਾਂ ਜਿਵੇਂ ਅੰਦਰ ਸੁੱਟਿਆ NSA ਦੇ ਤਹਿਤ, ਤੇ ਆਹ ਦੇਖ, ਆਹ ਸਾਰੀ ਫੌਜ ਉਹ ਫੌਜ ਹੈ ਜਿਹੜੇ ਤੇਰੇ ਪਰਿਵਾਰ ਦੀ ਰਾਖੀ ਕਰਦੀ ਹੈ, ਅੱਜ ਮੀਂਹ 'ਚ ਭਿੱਜੀ ਹੈ ਤੇਰੇ ਗਲਤ ਫੈਸਲਿਆਂ ਕਰਕੇ। ਤੈਨੂੰ ਲੋਕਾਂ ਨੇ ਤਾਕਤ ਦੇ ਕੇ ਬਹੁਤ ਵੱਡੀ ਗਲਤੀ ਕੀਤੀ ਹੈ, ਇੰਨੀਆਂ ਬੇਨਤੀਆਂ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ, ਜਿਸ ਕਰਕੇ ਅਸੀਂ ਫਤਿਹਗੜ੍ਹ ਸਾਹਿਬ ਰੋਡ ਜਾਮ ਕੀਤਾ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ, ਜੇ ਸਰਕਾਰ ਭਗਵੰਤ ਮਾਨਾ, ਜੇ ਤੂੰ ਸਿਮਰਜੀਤ ਸਿੰਘ ਮਾਨ 'ਤੇ ਕਦੇ ਜ਼ੁਲਮ ਕੀਤਾ ਤਾਂ ਅਸੀਂ ਇਹਨਾਂ ਦੇ ਮੂਹਰੇ ਕੰਧ ਬਣ ਕੇ ਖੜ੍ਹੇ ਹਾਂ। ਪਰ ਮੈਂ ਹੈਰਾਨ ਹਾਂ ਤੇਰੀ ਸੋਚ 'ਤੇ। ਉਹ ਭਾਨਾ ਸਿੱਧੂ ਤਾਂ ਲੱਖਾਂ ਤਾਂ ਤੇਰੇ ਯਾਰ ਸੀਗੇ, ਉਹ ਤੈਨੂੰ ਵੋਟਾਂ ਦਵਾਈਆਂ ਉਹਨਾਂ ਨੇ, ਉਹਨਾਂ ਨੇ ਤੈਨੂੰ ਮੁੱਖ ਮੰਤਰੀ ਬਣਾਇਆ, ਤੂੰ ਆਪੇ ਯਾਰ ਮਾਰ ਕਰ ਗਿਆ।
ਇੱਥੇ ਭੰਨ ਸਿੱਧੂ ਨੂੰ ਸਮਝ ਲੈਣਾ ਚਾਹੀਦਾ ਸੀਗਾ। ਦੀਪ ਸਿੱਧੂ ਨੂੰ ਇਹ ਗੱਲ ਕਹੀ ਸੀਗੀ ਵੀ ਤੁਹਾਡੇ ਹੱਥ 'ਚ ਝਾੜੂ ਚਾਹੀਦੀ ਜਾਂ ਤਲਵਾਰ ਚਾਹੀਦੀ ਆ। ਅੱਜ ਭਾਨੇ ਨੂੰ ਵੀ ਇਹ ਗੱਲ ਦੀ ਸਮਝ ਆ ਜਾਣੀ ਚਾਹੀਦੀ ਆ ਵੀ ਤਲਵਾਰ ਚੰਗੀ ਰਹਿੰਦੀ ਆ, ਤਲਵਾਰ ਨਾਲ ਆਪਣੀ ਰਾਖੀ ਕੀਤੀ ਜਾ ਸਕਦੀ ਆ। ਬਸ ਮੈਂ ਇੰਨਾ ਹੀ ਕਹਿੰਦੀ ਹਾਂ ਵੀ ਅੱਜ ਪ੍ਰੋਗਰਾਮ ਇੱਥੇ ਜੀ ਸਿਮਰਜੀਤ ਸਿੰਘ ਸਰਦਾਰ ਸਿੰਘ ਸੀ ਮਾਨ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ, ਉਸ ਕਰਕੇ ਅਸੀਂ ਰੋਡ ਜਾਮ ਕੀਤਾ ਸੀਗਾ। ਇਹ ਬਿਲਕੁਲ ਨਹੀਂ ਮੰਨ ਦਿੱਤਾ ਗਿਆ ਜਿਹੜੀ ਪੁਲਿਸ ਨੂੰ। ਸਾਨੂੰ ਪਤਾ ਸੀਗਾ ਵੀ ਮੈਂ ਪਹਿਲਾ ਆਗੂ ਹਾਂ, ਠੀਕ ਹੈ, ਕਿਸਾਨ ਯੂਨੀਅਨ ਦੀ ਆਗੂ ਹਾਂ ਮੈਂ, ਮੈਨੂੰ ਵੀ ਇੱਕ ਅਹੁਦੇਦਾਰ ਹੋਣ ਦੇ ਬਾਵਜੂਦ ਵੀ ਸਰਦਾਰ ਸਿੰਘ ਸੀ ਮਾਨ ਨੂੰ ਮਿਲ ਨਹੀਂ ਦਿੱਤਾ ਗਿਆ ਹੈਗਾ। ਅੱਜ ਬਹੁਤ ਪੰਜਾਬ ਦੇ ਵਿੱਚ ਬਹੁਤ ਮਾੜੀ ਘਟਨਾ ਹੋਈ ਆ ਜਿਹੜੀ ਕਿ ਹਰੇਕ ਇਨਸਾਨ ਨੂੰ, ਜੇ ਸਾਡੀ ਸਿੱਖ ਕੌਮ ਦੀ ਗੱਲ ਕਰਦਾ ਅਤੇ ਨਸ਼ਿਆਂ ਦੀ ਰਹਿਤ ਦੀ ਗੱਲ ਕਰਦਾ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅੰਮ੍ਰਿਤ ਛਕਾ ਕੇ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਕਹਿਣਾ ਉਹਨਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ ਜਾਂਦਾ ਅਤੇ ਉਹ ਇਨਸਾਨਾਂ ਨੂੰ, ਜੇ ਪੰਜਾਬ ਦੇ ਨੌਜਵਾਨੀ ਗੱਲ ਕਰਦੇ ਹਾਂ, ਪੰਜਾਬੀਆਂ ਦੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਭਾਨਾ ਸਿੱਧੂ ਨੇ ਲੱਖਾਂ ਦੇ ਤਾਦਾਦ ਦੇ ਹਜ਼ਾਰਾਂ ਦੇ ਤਾਦਾਦ ਦੇ ਵਿੱਚ ਲੋਕਾਂ ਨੇ, ਕਿਸੇ ਨੇ ਮਕਾਨ ਵੇਚਿਆ, ਕਿਸੇ ਨੇ ਆਪਣੀ ਜ਼ਮੀਨ ਵੇਚੀ ਆ, ਕਿਸੇ ਨੇ ਗਹਿਣੇ ਵੇਚੇ ਆ, ਉਹਨਾਂ ਨੇ ਜੰਟਾਂ ਦੇ ਢਿੱਡ ਭਰਤੇ। ਉਹ ਭਾਨੇ ਸਿੱਧੂ ਨੇ ਲੋਕਾਂ ਦੇ ਕਹਿੰਦਾ ਹਿਰਦੇ ਦੀ ਗੱਲ ਕਰੀ ਆ, ਉਹਨਾਂ ਦੇ ਪੈਸੇ ਜੇ ਮੰਡਵਾਏ ਆ ਤਾਂ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਤਾ, ਨਾ ਕਿ ਉਹਦੇ ਝੂਠੇ ਪਰਚੇ ਦੇਣੇ ਚਾਹੀਦੇ। ਇੱਕ ਕਰੋੜਾਂਪਤੀ ਬੰਦਾ ਉਹਨੂੰ ਇੱਕ ਚੈਨੀ ਦਾ ਝਾਸਾ ਦੇ ਕੇ ਝੂਠੇ ਪਰਚੇ ਮੁਕਾਬਲੇ ਬਣਾ ਦੇਣੇ ਆ, ਬਹੁਤ ਮਾੜੀ ਗੱਲ ਆ। ਅੱਜ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਆਪਣੇ ਦਾ ਕੱਡੇ ਕੱਡੇ ਬ੍ਰਿਗੇਡੀ ਯਾਰ ਦੇਖੋ ਤੁਸੀਂ, ਆਹ ਪ੍ਰੈਸ ਵਾਲਿਓ ਅਤੇ ਕੱਡੇ ਕੱਡੇ ਉਹ ਲਾਤੇ ਆ ਧਰਨੇ, ਉਹਨਾਂ ਨੂੰ ਇੰਨਾ ਇਹਨਾਂ ਨੇ ਨੁਕਸਾਨ ਕੀਤਾ। ਅੱਜ ਧੂਰੀ ਦੇ ਵਿੱਚ ਬਹੁਤ ਦੋਹਰੇ ਫਾਟਕਾਂ 'ਤੇ ਅੱਜ ਬਹੁਤ ਵੱਡਾ ਮੁਜ਼ਾਹਰਾ ਤਾ, ਅੱਜ ਚੱਕ ਚੱਕ ਕੇ ਸਾਡੇ ਜਥੇਦਾਰਾਂ ਨੂੰ ਅਰੈਸਟ ਕਰ ਰਹੇ ਹਾਂ। ਅੰਨੀਆਂ ਬੇਨਤੀਆਂ ਕਰਦੇ ਹਾਂ ਅਸੀਂ ਸਰਕਾਰ ਨੂੰ ਵੀ ਇੰਨੀ ਭਾਨੇ ਸਿੱਧੂ ਨੂੰ ਤੁਰਤ ਰਿਹਾਅ ਕਰਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।